ਜੇ ਤੁਸੀਂ ਵੀ ਮੇਰੇ ਮੰਗ ਆਲੂਆਂ ਦੇ ਪਰੌਂਠੇ ਦੇ ਸ਼ਕੀਨ ਹੋ ਤਾਂ ਕਮੈਂਟ ਚ ਥੰਬਸ ਅਪ ਕਰਕੇ ਜਰੂਰ ਦੱਸਿਓ ਪਰ ਡਾਈਟ ਦੇ ਚੱਕਰ ਚ ਸਭ ਕੁਝ ਛੱਡੀ ਬੈਠੇ ਹੋ ਤੇ ਮੋਰਓਵਰ ਲੇਜੀ ਵੀ ਹੋ ਕਿਹੜਾ ਆਲੂ ਕੁੱਕਰ ਚ ਉਬਾਲੇ ਕਿਹੜਾ ਬਣਾਵੇ ਤਾਂ ਤੁਹਾਡੀ ਪ੍ਰੋਬਲਮ ਦਾ ਅੱਜ ਕਰਦੇ ਹਾਂ ਹੱਲ ਤੇ ਤੁਹਾਡੇ ਲਈ ਬਣਾਨੇ ਆ ਆਲੂ ਦੇ ਪਰੌਂਠੇ ਬਿਨਾ ਆਲੂਆਂ ਦੇ ਤੇ ਇਹਨੂੰ ਪੇਅਰ ਅਪ ਕਰਾਂਗੇ ਗ੍ਰੀਕ ਯੋਗਰਟ ਦੇ ਨਾਲ ਫॉर ਐਕਸਟਰਾ ਪ੍ਰੋਟੀਨ ਜੇ ਕੈਲਰੀ ਸੀ ਗੱਲ ਕਰੀਏ ਈਚ ਪਰੌਂਠਾ ਗੋਰੀ ਗਿਵਸ ਯੂ 255 ਕੈਲਰੀਜ਼ ਐ 17 ਗ੍ਰਾਮ ਪ੍ਰੋਟੀਨ ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਲੈਟਸ ਗੈਟ ਕੌਠੇ ਬਣਾਉਣ ਦੇ ਲਈ ਆਪਾਂ ਆਲੂਆਂ ਦੀ ਜਗ੍ਹਾ ਯੂਜ਼ ਕਰਾਂਗੇ ਆ ਬਟਰ ਬੀਨਸ ਮੈਬੂਲਵਰ ਤੋਂ ਲੈ ਕੇ ਆਸੀ ਤੁਹਾਨੂੰ ਕਿਸੇ ਵੀ ਗ੍ਰੋਸਰੀ ਸਟੋਰ ਤੋਂ ਈਜ਼ੀਲੀ ਮਿਲ ਜਾਊਗਾ ਇੱਕ ਕੈਨ ਦੇ ਵਿੱਚ ਹੈਗੇ ਦੋ ਸਰਵ ਈਚ ਸਰਵ ਗੋਨੇ ਗਿਵ ਅਸ 113 ਕੈਲਰੀ 7.5 ਗ੍ਰਾਮ ਪ੍ਰੋਟੀਨ ਆਪਾਂ ਪੂਰਾ ਕੈਨ ਯੂਜ਼ ਕਰਾਂਗੇ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪ੍ਰੀਜ਼ਰਵੇਟਿਵ ਨਹੀਂ ਹੈਗੇ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਰੀ ਕਟਿਆ ਹੋਇਆ ਪਿਆਜ਼ ਹਰੀਆਂ ਮਿਰਚਾਂ ਧਨੀਆ ਐਡ ਕਰਾਂਗੇ ਮੇਕੋ ਇੱਥੇ ਮੁੱਕਿਆ ਹੋਇਆ ਸੀਗਾ ਨਾਰਮਲ ਮਸਾਲੇ ਐਡ ਕਰਾਂਗੇ ਲੂਣ ਕਾਲੀ ਮਿਰਚ ਲਾਲ ਮਿਰਚ ਗਰਮ ਮਸਾਲਾ ਜੀਰਾ ਪਾਊਡਰ ਤੇ ਸਾਰ ਲਾਵਾਂਗੇ ਉਹਨੂੰ ਬੇਲ ਲਾਂਗੇ ਜਿਵੇਂ ਆਪਾਂ ਨਾਰਮਲ ਪਰੌਂਠੇ ਲਈ ਬੇਲਦੇ ਹੁੰਦੇ ਆ ਤੇ ਸੇਕ ਲਾਂਗੇ ਤਵੇਂ ਤੇ ਤੁਹਾਡਾ ਪਰੌਂਠਾ ਤਿਆਰ ਹੈ ਇਹਨੂੰ ਸਰਵ ਕਰਾਂਗੇ 100 ਗ੍ਰਾਮ ਗ੍ਰੀਕ ਯੋਗਰ ਤੇ ਅਚਾਰੀ ਮਿਰਚ ਦੇ ਨਾਲ ਹੋਪ ਯੂ ਲਾਈਕ ਦਾ ਰੈਸਪੀ ਡਾਈਟ ਦਾ ਮਤਲਬ ਇਹ ਨਹੀਂ ਹੁੰਦਾ ਘੱਟ ਖਾਣਾ ਉਬਲਾ ਖਾਣਾ ਟੇਸਲੈਸ ਖਾਣਾ ਡਾਈਟ ਦਾ ਮਤਲਬ ਹੁੰਦਾ ਖੁਰਾਕ ਇਫ ਯੂ ਨੀਡ ਐਨੀ ਹੈਲਪ ਰਿਗਾਰਡਿੰਗ ਵੇ ਟੂ ਸਵੇਟ ਗੇਨ ਟਿਪ ਟ੍ਰਿਕ ਫੀਲ ਫਰੀ ਟੂ ਕੰਟੈਕਟ ਅਸ ਲਿੰਕ ਇਨ ਬਾਇਓ ਕੋ ਲਕਤੀ ਸਾਸਿਕਾ